मेरे वालों तुहानू सारयां नू प्यार भरी सत श्री अकाल। कहिंदे जदों सीसा टुटदा ना उहदी आवाज़ हुंदी आ, जद दिल टुटदा उहदी आवाज़ नहीं हुंदी है। अज कुछ इदां ही मेरे नाल होया यार। जदों मैं ना थोड़ा उदास हुंदा मैं निम्मे कोल आ जांदा, मोटर पर बैठा उहदे उधर शांति आ जांदी, दिल नूं देख के चेहरा खुश हो जांदा। निम्मे क्या हाल है? ठीक है भाई, ਸਤਿ ਸ਼੍ਰੀ ਅਕਾਲ ਜੀ। ਹੋਰ ਨਵੇਂ? ਹਾਂ, ਕਿੱਦਾਂ ਲੰਘਦੀ ਦੁਨੀਆਦਾਰੀ, ਕਿੱਦਾਂ ਚੱਲਦਾ ਤੇਰਾ ਵਕਤ? ਬਸ ਠੀਕ ਹੈ ਬਾਈ, ਇਕੱਲੇ ਬੈਠ ਕੇ ਇੱਥੇ ਦੇਖ ਲਈਦਾ ਆਪਣਾ ਖੇਤਾਂ ਜਾ ਜੀਦਾ। ਹਾਂ, ਹੋਰ ਮੈਂ ਇੱਕ ਤੁਹਾਡੇ ਨਾਲ ਗੱਲ ਇੱਕ ਹੋਰ ਸਾਂਝੀ ਕਰਾਂ। ਲੋਹੜੀ ਲੰਘ ਕੇ ਗਈ ਨਾ ਹੁਣ, ਨਿੰਮੇ ਨੇ ਮੂੰਗਫਲੀ ਖਾਧੀ, ਰੂੜੀਆਂ ਖਾਧੀਆਂ, ਜਿੰਨਾ ਵੀ ਖਾਈ ਗਿਆ ਹੁਣ ਇਹਦੇ ਜੀ ਭਰ ਹੋ ਕੇ ਛਾਲੇ। ਹਾਂ ਜੀ, ਬਿਮਾਰ ਹੋ ਲਿਆ ਬਾਈ ਮੈਂ ਤਾਂ। ਹਾਂ, ਹੋਰ ਉਹ ਕਹਿੰਦੇ ਆ ਵੀ ਜਦੋਂ ਤੌੜੀ ਦਾ ਮੂੰਹ ਖੁੱਲਾ ਹੋਵੇ ਫਿਰ ਕਿਹਨੂੰ ਸ਼ਰਮ ਆਉਣੀ ਚਾਹੀਦੀ ਹੈ? ਕੁੱਤੇ ਨੂੰ। ਫਿਰ ਤੈਨੂੰ ਸ਼ਰਮ ਹੈ ਨਹੀਂ ਤੇ? ਹੁਣ ਕਿਆ ਕਰੀ ਯਾਰ, ਖਾਣੇ ਜੀ ਕਰਦਾ, ਲੋਹੜੀ ਬਾ ਫਿਰ ਕਿਹੜੇ ਆਉਣੀ ਹੈ ਬਸ। ਉਹ ਤੈਨੂੰ ਸ਼ਰਮ ਨਹੀਂ ਤੇ? ਇਹ ਵੀਰੇ ਸਭ ਨਾਲ ਪ੍ਰੋਬਲਮ ਹੋਈ ਹੈ ਇਸ ਸਾਲ, ਤਕਰੀਬਨ ਬਹੁਤ ਬੰਦੇ ਨਾਲ ਪ੍ਰੋਬਲਮ ਹੋਈ ਹੈ ਵੀ ਆਹ ਜਿਹੜੀ ਜੀ ਪਰਛਾਲੇ ਹੋ ਗਏ ਨਾ, ਇਹਦਾ ਜਦੋਂ ਆਪਾਂ ਕੋਈ ਗਰਮ ਚੀਜ਼ਾਂ ਖਾ ਲੈਂਦੇ ਹਾਂ ਜਿਹੜਾ ਆਪਣਾ ਅੰਦਰ ਮੈਦਾ ਹੁੰਦਾ ਉਹ ਖਰਾਬ ਹੋ ਜਾਂਦਾ, ਉਹਦੇ ਪਰ ਗਰਮੀ ਚੜ੍ਹ ਜਾਂਦੀ ਹੈ। ਉਹਦਾ ਸਭ ਤੋਂ ਵੱਧ ਤਰੀਕਾ ਇਹੀ ਹੈ ਵੀ ਜਿੰਨਾ ਤੁਸੀਂ ਵੱਧ ਤੋਂ ਵੱਧ ਪਾਣੀ ਪੀਓਗੇ ਨਾ ਆਪਣੇ ਆਪ ਠੀਕ ਹੋ ਜਾਓ। ਦਵਾਈ ਲੈਣ ਦੀ ਵੈਸੇ ਕੋਈ ਲੋੜ ਨਹੀਂ ਹੈ, ਵੱਧ ਤੋਂ ਵੱਧ ਪਾਣੀ ਪੀਓ, ਜਿੰਨਾ ਤੁਸੀਂ ਵੱਧ ਤੋਂ ਵੱਧ ਪਾਣੀ ਪੀਓਗੇ ਉਨੀ ਜਲਦੀ ਠੀਕ ਹੋ ਜਾਓਗੇ। ਜੇ ਤੁਸੀਂ ਦਿਨ ਵਿੱਚ ਤਕਰੀਬਨ 1 ਲੀਟਰ ਪਾਣੀ ਪੀਂਦੇ ਆ, ਕੋਸ਼ਿਸ਼ ਕਰੋ 3 ਗੁਣਾ ਪਾਣੀ ਪੀਓ ਵੀ ਉਹ ਸਾਰੀ ਬੋਡੀ ਦਾ ਜੋ ਅੰਦਰ ਆਪਣੇ ਗਰਮੀ ਹੁੰਦੀ ਸਾਰੀ ਵਾਸ਼ ਹੋ ਜਾਂਦੀ ਆ। ਕੋਸ਼ਿਸ਼ ਕਰੋ ਵੀ ਇਹ ਸਭ ਤੋਂ ਵਧੀਆ ਤਰੀਕਾ, ਠੀਕ ਆ? ਜਦੋਂ ਤਾਂ ਯਾਰ ਮੈਨੂੰ ਲੋੜ ਹੁੰਦੀ ਆ, ਠੀਕ ਆ, ਮੈਂ ਆਪਣੇ ਕੰਮ ਛੱਡ ਕੇ ਜਾਂਦਾ ਰਿਹਾ, ਅੱਜ ਮੈਨੂੰ ਲੋੜ ਤੀ ਨਿੰਮੇ ਹਾਂਜੀ ਹਾਂ ਕੋਈ ਨਹੀਂ ਆਇਆ ਹੈਗਾ। ਲੈ ਹੋਰ ਕਿਆ, ਮੈਨੂੰ ਬੁਲਾ ਲੈਣਾ ਤਾਂ ਮੈਂ ਤਾਂ ਜਦੇ ਆ ਜਾਣਾ ਤਾਂ। ਉਹ ਨਿੰਮੇ ਤੇਰੀਆਂ ਕਿਆ ਬਾਤਾਂ ਯਾਰ, ਮੈਨੂੰ ਆਪ ਨੂੰ ਸ਼ਰਮ ਆ ਜਾਂਦੀ, ਉਹੀ ਗੱਲ ਹੋ ਜਾਂਦੀ ਆ ਜਿਹੜੀ ਪਹਿਲਾਂ ਤੈਨੂੰ ਮੈਂ ਗੱਲ ਕਹਿ ਕਹਿਦੀ। ਹਾਂਜੀ, ਤੌੜੀ ਦਾ ਮੂੰਹ ਖੁੱਲਾ ਹੋਵੇ ਵੀ ਤੂੰ ਤਾਂ ਹੱਥਾਂ ਦਾ ਵਹਾਰ ਹੈ, ਹੁਣ ਸਾਲੇ ਮੈਨੂੰ ਸ਼ਰਮ ਆ ਜਾਂਦੀ ਹੈ ਯਾਰ। ਨਹੀਂ ਨਹੀਂ, ਮੈਂ ਤਾਂ ਦੇਖ ਆਪਣਾ ਕੰਮ ਕਰਕੇ ਨਾ, ਮੈਂ ਤਾਂ ਆਪਣੇ ਭਾਈਆਂ ਨੂੰ ਵੀ ਕਹਿ ਦੇਣਾ ਵੀ ਥੋਤੇ ਨਹੀਂ ਹੁੰਦਾ ਨਾ ਵੀ ਕਰਦਾ ਹੀ ਨਹੀਂ, ਮੇਰਾ ਛੋਟਾ ਭਾਈ ਤਾਂ ਜਮਾ ਹੀ ਨਹੀਂ ਕਰਦਾ। ਹਾਂ ਹਾਂ, ਤੇ ਮੈਂ ਕਹਿੰਦਾ ਨਹੀਂ ਉਹਨੂੰ, ਨਾ ਬੜੇ ਨੂੰ ਕਹੀਦਾ, ਆਪ ਕੰਮ ਕਰੀਦਾ ਬਾਈ, ਆਪ ਕੰਮ ਕਰੀ, ਆਪ ਕੰਮ 'ਚ ਬਰਕਤ ਆ। ਹੁਣ ਮੈਂ ਮੈਥਾਂ ਚੋਣਾ, ਮਾਤਾ ਢਿੱਲੀ ਰਹਿੰਦੀ ਤੀ ਤੇ ਰਾਤ ਮੈਂ ਚੋਈ, ਆਪ ਚੋਈ ਆ। ਬਸ ਬਸ ਬਸ, ਆਹ ਦੇਖ ਲਓ ਮੈਨੂੰ ਆਹ ਗੱਲ ਨਾ ਨਿੰਮੇ ਦੀ ਕਈ ਵਾਰ ਇੱਥੇ ਆ ਕੇ ਨਾ ਮੈਨੂੰ ਗੱਲ ਬੜੇ ਵਧੀਆ ਲੱਗਦੀ ਆ, ਕਹਿੰਦਾ ਕੰਮ ਆਪ ਕਰਨੇ ਚਾਹੀਦੇ ਆ, ਠੀਕ ਆ ਨਿੰਮੇ? ਆਹ ਦੇਖ ਗੱਲ ਹੁਣ ਫੜ ਲਈ, ਹੁਣ ਕੰਮ ਆਪੇ ਕਰੂੰਗਾ ਮੈਂ, ਇਕੱਲਾ ਕਰਕੇ ਦਿਖਾਊਂਗਾ ਨਿੰਮੇ। ਹਿੰਮਤ ਨਹੀਂ ਆਪਾਂ ਹਾਰ ਨਿੰਮੇ, ਕੱਲ ਨੂੰ ਚੱਲਦੇ ਆਪਾਂ ਚੰਡੀਗੜ੍ਹ। ਅੱਛਾ ਜੀ, ਅੱਜ ਆਪਾਂ ਬਣਦੇ 2 ਦਿਨ ਦੇ ਕੱਖ ਵੱਢਣ ਲੱਗਿਆ ਮੈਂ ਤਾਂ ਵੱਢਣੇ ਪਏ ਆ। ਹਾਂ, 2 ਦਿਨ ਦੇ ਨਿਬੜ ਲਿਆ, ਕੱਲ ਨੂੰ ਆਪਾਂ ਨੇ ਸਵੇਰੇ 8 ਜਾਂ 9 ਵਜੇ ਇੱਥੋਂ ਨਿਕਲ ਜਾਣਾ। ਠੀਕ ਆ, ਠੀਕ ਆ, ਚੱਲਦੇ ਕੱਲ ਨੂੰ ਚੰਡੀਗੜ੍ਹ। ਯਾਰ ਚੰਡੀਗੜ੍ਹ ਵੀ ਤੈਨੂੰ ਕਹਿ ਦੱਸਾਂ ਨਿੰਮੇ, ਬਸ ਮੈਨੂੰ ਥੋੜ੍ਹੇ ਜਿਹਾ ਉੱਥੇ ਕੀ ਕਹਿੰਦੇ ਜਿਹੜੇ ਬੰਦੇ ਉਹ ਗੱਡੀ ਦਾ ਕੰਮ ਜਾ ਕਰਾਉਣਾ, 1-2 ਕੰਮ ਹੋਰ ਹੈ, ਵਿਆਹ ਕਰਾ ਕੇ ਮੈਂ ਚੱਲ ਮਾੜਾ ਜਿਹਾ ਕੰਮ ਜਾ ਕਰਵਾ ਲਵਾਂ ਕਿ ਗੱਡੀ ਪਟਿਆਲੇ, 2 ਵਿਆਹ ਪਟਿਆਲੇ ਛੱਡ ਜਾਣਾ ਪਹਿਲਾਂ। ਪਟਿਆਲੇ ਵੀ ਆ? ਹਾਂ ਪਟਿਆਲੇ ਵੀ ਜਾਣਾ, ਪਟਿਆਲੇ ਉਹਦਾ 2 ਪਟਿਆਲੇ ਛੱਡ ਜਾਣਾ ਯਾਰ ਮੈਂ, ਆਪਾਂ ਉਹ ਵੀ ਜਿਹੜਾ ਤੇਰਾ ਹਾਂਗਕਾਂਗ ਵਾਲਾ ਬੰਦਾ। ਹਾਂ ਜੀ, ਉਹਦਾ ਵੀ, ਉਹਦਾ 26 ਦਾ ਏ, ਉਹਦਾ ਇੱਧਰ ਦਾ ਏ, ਕਿੱਧਰ? ਮਕੇਰੀਆਂ। ਅੱਛਾ, ਹੁਸ਼ਿਆਰਪੁਰ ਮਕੇਰੀਆਂ। ਅੱਛਾ, ਮੈਨੂੰ ਕਰੋ ਜਦੋਂ ਮੈਂ ਉਦਾਸ ਬੈਠਾ ਤਾਂ ਤੇ ਮੇਰੀ ਵਾਈਫ ਨੇ ਮੈਨੂੰ ਗੱਲ ਇਹ ਕਹੀ, ਕਹਿੰਦੇ ਵੀ ਕੀ ਅੱਜ ਤੇਰਾ ਚਿਹਰੇ ਦਾ ਰੰਗਾਂ ਤੇ ਉੜਿਆ ਹੋਇਆ। ਮੈਂ ਤੈਨੂੰ ਕਿਆ ਦੱਸਾਂ ਭਾਗਵਾਨ ਨੇ, ਪੁੱਛ ਨਾ। ਮੈਂ ਉਹੀ ਗੱਲ ਕਹਿੰਦਾ ਫੇਰ ਦੁਬਾਰੇ, ਜਦੋਂ ਸੀਸਾ ਟੁੱਟਦਾ ਨਾ ਖੜਖੜਖੜਖੜ ਦੀ ਆਵਾਜ਼ ਆਉਂਦੀ ਆ, ਮੇਰਾ ਦਿਲ ਟੁੱਟਿਆ ਅੱਜ ਨਿੰਮੇ। ਅੱਛਾ, ਤੈਨੂੰ ਤਾਂ ਹਾਸੀ ਆ ਰਹੀ ਹੈ। ਨਹੀਂ ਹਾਸੀ, ਤੂੰ ਤਾਂ ਹੱਸਦਾ। ਨਹੀਂ ਨਹੀਂ, ਉਹਨੇ ਹਸਲਾ 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 ਦੇਖ, ਹਸਲਾ ਹਸਲਾ ਕੋਈ ਨਾ, ਖੁਸ਼ ਰਹਿਣੇ ਦਾ ਉਹ ਆ ਨਾ ਇੱਕ, ਮੈਂ ਤਾਂ ਖੁਸ਼ ਹੀ ਰਹਿਣਾ ਬਾਈ। ਬਸ ਤੇਰੀ ਗੱਲ ਮੈਂ ਹੁਣ ਮੰਨ ਲਈ, ਤਾਂ ਜਿਹੜੀ ਗੱਲ ਕਹੀ ਦੀ ਵੀ ਆਪ ਨੂੰ ਜਾਵੇ ਬੰਦਾ ਖੁਸ਼ ਰਹੇ। ਹਾਂ, ਉੱਪਰ ਚਿਹਰੇ ਪਰ ਮੁਸਕਾਨ ਚਾਹੀਦੀ ਆ। ਉਹਨੇ ਮੈਂ ਤੈਨੂੰ ਲੱਗਦਾ ਮੈਂ ਕਦੇ ਉਦਾਸ ਹੁੰਦਾ ਕਦੇ ਦੇਖਿਆ ਤਾਂ ਕਦੇ ਕਦੇ ਦੇਖਿਆ ਨਹੀਂ, ਜੋ ਮਰਜ਼ੀ ਹੋਵੇ ਆਪਾਂ ਬਾਈ ਖੁਸ਼ ਰਹਿਣਾ ਸਿੱਖਿਆ ਹੋਇਆ। ਇੱਕ ਕਹਿੰਦੇ ਖੁਸ਼ ਰਹਿਣਾ ਵੀ ਕਲਾ ਨਿੰਮੇ, ਇੱਕ ਕਲਾ ਕਲਾ ਵੀ ਆਪਣੇ ਆਪ ਨੂੰ ਕਿਹੜੀਆਂ ਗੱਲਾਂ ਵਿੱਚ ਖੁਸ਼ ਰੱਖਣਾ, ਹਰੇਕ ਗੱਲ ਵਿੱਚ ਕੋਈ ਨਾ ਕੋਈ ਚੀਜ਼ ਤੁਹਾਨੂੰ ਖੁਸ਼ੀ ਵਾਲੀ ਮਿਲ ਜਾਣੀ, ਬਸ ਉੱਥੇ ਖੁਸ਼ ਰਹੋ ਯਾਰ। ਕੀ ਲੈ ਜਾਣਾ ਇੱਥੋਂ ਦੁਨੀਆ ਪਰ, ਕੁਛ ਇੱਥੇ ਰਹਿ ਜਾਣਾ ਸਾਰਾ, ਇੱਥੇ ਰਹਿ ਜਾਣਾ, ਇੱਥੇ ਰਹਿ ਜਾਣਾ, ਕੁਛ ਨਹੀਂ ਲੈ ਕੇ ਜਾਣਾ। ਚੱਲ ਮੈਂ ਵੱਡ ਫਿਰ ਕੱਖ ਚੱਲੀ ਯਾਰ, ਫਿਰ ਬਾਬਾ ਚੱਲਿਆ ਚੱਲ ਆ ਜਾ ਵੱਡੀ, ਫਿਰ ਨਿਬੜ ਆ ਜਾ। ਤੇਰੀ ਮੈਂ ਗੱਲ ਲੜ ਬਣ ਲਈ ਵੀ ਆਪਣੇ ਕੰਮ ਆਪ ਕਰੋ ਯਾਰ, ਦੂਜਿਆਂ ਪਰ ਨਾ ਸਿੱਟੋ। ਮੈਂ ਦੂਜਿਆਂ ਪਰ ਸਿੱਟ ਕੇ ਘੱਟੋ ਘੱਟ ਵੀ ਮੈਂ 3-4 ਦਿਨ ਲੇਟ ਹੋ ਗਿਆ, ਅੱਜ ਜਾਂਦੇ ਕੱਲ੍ਹ ਜਾਂਦੇ, ਅੱਜ ਜਾਂਦੇ ਕੱਲ੍ਹ ਜਾਂਦੇ। ਅੱਜ ਨਿੰਮੇ ਦੀ ਜਬੀ ਮੈਂ ਵੱਢੂੰਗਾ, ਨਿੰਮੇ ਨੇ ਮੇਰਾ ਇੰਨਾ ਸਾਥ ਦਿੱਤਾ, ਅੱਜ ਨਿੰਮੇ ਦੇ 4 ਭਰੀਆਂ ਮੈਂ ਵੱਢਣੀ ਆ।
ਨਿੰਮੇ ਤੂੰ ਅੱਜ ਖੜ ਕੇ ਪਿੱਛੇ ਖੜਕ ਐ ਮੇਰੇ ਦੇ ਬਾ ਠੀਕ ਤੇਰੀਆਂ ਪਰੀਆਂ ਸਾਰੀਆਂ ਮੈਂ ਵੱਢੂ ਐ ਰੱਜ ਯਾਰ ਦੇਖੀ ਜਾਊਗੀ ਯਾਰ ਉਹਦੇ ਨਹੀਂ ਕੁਛ ਨਹੀਂ ਹੁੰਦਾ ਯਾਰ ਆ ਦੇਖ ਲੋ ਲੈ ਕੰਡੇ ਨਿੰਮਿਆ ਕਿੱਥੇ ਵੇਚ ਲੈ ਇਹ ਬਾਈ ਇੱਕ ਨਹੀਂ ਜੰਮਿਆ ਦੇ ਆਪੇ ਹੁਣ ਇਹ ਕਹਦੇ ਬੀਜੇ ਵਿੱਚ ਬੀਜੇ ਨਹੀਂ ਹੈਗੇ ਜੰਮਿਆ ਏ ਆਪੇ ਜੰਮਿਆ ਆਪੇ ਹਾਂ ਚੱਲ ਕੋਈ ਗੱਲ ਬਸ ਜਸਵੀਰ ਬਹੁਤ ਹੈ ਹਾਂ ਦੇਖ ਲਾ ਹੋਰ ਵੱਢ ਦਿੰਦਾ ਨਾ ਬਸ ਬਹੁਤ ਹੈ ਸਰ ਜਾਣਾ ਆਪਣਾ ਹੁਣ ਰੱਸੀ ਬਾਈ ਇੱਧਰ ਹੈ ਹਾਂ ਪਾ ਦਵਾਂ ਯਾਰ ਭਰੀ ਭਰੀ ਬਥ ਹੋ ਗਈ ਭਾਰੀ ਬਸ ਹੋ ਗਈ ਬੰਦ ਮੈਨੂੰ ਹਾਂ ਜੀ ਹਾਂ ਬੰਦ ਨਿੰਮੇ ਸਾਈਕਲ ਫੜ ਲੈ ਆ ਲਓ ਜੀ ਉਹ ਪਿੱਛੇ ਨੂੰ ਖਿੱਚਣੀ ਆ ਹਾਂ ਹਾਂ ਜੀ ਬਸ ਹਾਂ ਜੀ ਲਓ ਜੀ ਨਿੰਮੇ ਦੇ ਮੈਂ ਸਾਰੇ ਕੱਖ ਵਧਾ ਦਿੱਤੇ ਆ ਨਿੰਮੇ ਹੁਣ ਕੱਲ ਨੂੰ ਮੇਰੇ ਨਾਲ ਜਾਣਾ ਫਿਰ ਚੱਲੂਗਾ ਬਾਈ ਜਵਾਬ ਹੈ ਯਾਰ ਹਾਂ ਦੇਖ ਲਾ ਹੁਣ ਮੁੱਕਰ ਜੀ ਨਹੀਂ ਨਹੀਂ ਮੈਂ ਤਾਂ ਮੁੱਕਰਦਾ ਨਹੀਂ ਤੂੰ ਨਾ ਮੇਰਾ ਦਿਲ ਤੋੜਦੀ ਯਾਰ ਨਹੀਂ ਬਾਕੀ ਦਿਲ ਟੁੱਟਾ ਮੇਰਾ ਵੀ ਪੱਥਰ ਦੀ ਲਕੀਰ ਆ ਬਾਈ ਪੱਥਰ ਦੀ ਲਕੀਰ ਹਾਂ ਚਾਹ ਹੁਣ ਮਗਬਰ ਆ ਲੈ ਲਕੀਰ ਵੇਤੇ ਅੱਛਾ ਯਾਰ ਨਿੰਮੇ ਕਿਹੜੀ ਕਹਾਵਤ ਹੁੰਦੀ ਪੱਥਰ ਵੱਲ ਲਕੀਰ ਮਾਰਤੀ ਹਾਂ ਬਈ ਪੱਥਰ ਵੱਲ ਲਕੀਰ ਮਾਰੀ ਕਹਿੰਦੇ ਮਿਟਦੀ ਨਹੀਂ ਹੁੰਦੀ ਹੈਗੀ ਨਾ ਹਾਂ ਇਹ ਹੁੰਦਾ ਕਰਕੇ ਆ ਵੀ ਤਾਂ ਹੀ ਕਹਿੰਦੇ ਵੀ ਪੱਥਰ ਵੱਲ ਲਕੀਰ ਮਾਰਤੀ ਜਿੱਥੇ ਨੂੰ ਲੈ ਜਾਊਗਾ ਉੱਥੇ ਚੱਲੂਗਾ ਬਾ ਠੀਕ 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 ਚੱਲ ਤੈਨੂੰ ਕੱਲ ਨੂੰ ਭਰਾ ਨੂੰ ਵੀ ਬੁਲਾਉਂਗਾ ਚੰਡੀਗੜ੍ਹ ਪ੍ਰਤਪਾਲ ਨੂੰ ਚੱਲ ਠੀਕ ਹੈ ਨਿੰਮੇ ਫਿਰ ਹੈਂ ਹਾਂ ਚੱਲੀਏ ਫਿਰ ਕਾਨੂੰ ਚੱਲ ਚੱਲੀਏ ਚੰਨ ਚੱਲ ਯਾਰ ਫਿਰ ਆਹਾ ਯਾਰ ਖਾਣ ਲੱਗਿਆ ਗੱਚਕ ਗੱਚਕ ਉਹਦਾ ਦੇਖੋ ਲੈ ਹੈ ਗੱਚਕ ਚੱਕੀ ਫਿਰਦਾ ਨਾਲੇ ਜੀ ਪਰਛਾਲੇ ਹੋਏ ਹੋਏ ਆ ਗੱਚਕ ਫਿਰ ਚੱਕੀ ਫਿਰਦਾ ਸਵਾਦ ਭਾਈ ਹੁਣ ਕਿਆ ਕਰੀਏ ਸਵਾਦ ਛੱਡ ਨਹੀਂ ਹੁੰਦਾ ਦੇ ਲੈ ਸਵਾਦ ਫਿਰ ਤਾਂ ਚੱਲੇ ਹੋਣੀ ਆ ਸਵਾਦ ਥੋੜੀ ਛੱਡਣਾ ਹਟ ਜਾ ਹਟ ਜਾ ਹਟ ਜਾ ਨਿੰਮੇ ਹਰਕਤਾਂ ਤੋਂ ਹਟ ਜਾ ਨਹੀਂ ਨਹੀਂ ਦੇ ਲੈ ਸਵਾਦ ਦਾ ਮਾਰਾ ਸਵਾਦ ਕਿਆ ਯਾਰ ਨਿੰਮੇ ਤੇਰਾ ਬਹੁਤ ਔਖਾ ਹੋ ਜਾਣਾ ਯਾਰ ਨਾ ਖਾ ਤੇਰਾ ਅੰਦਰ ਖਰਾਬ ਹੋ ਜਾਣਾ ਚੱਲ ਦੇਖੀ ਮੈਂ ਤਾਂ ਕੱਲ ਦੀ ਚੀਜ਼ਾਂ ਗਰਮ ਚੀਜ਼ਾਂ ਛੱਡੀਆਂ ਹੋਈਆਂ ਖਾਣੀਆਂ ਮੈਂ ਤਾਂ ਬਾਈ ਹੁਣ ਤਾਂ ਹੀ ਮੈਂ ਤਾਂ ਆਰਾਮ ਆ ਜਾਂਦਾ ਹੁਣ ਇਹਦੇ ਨਾਲ ਖਾ ਖਾ ਕੇ ਆ ਜਾਣਾ ਬਹਿ ਹੋਈ ਪਈ ਮੈਨੂੰ ਬਾਈ ਬਹਿ ਹੋਈ ਹੋਈ ਕਹਿੰਦਾ ਬਹਿ ਹੋਈ ਪਈ ਆ ਪਰ ਤੂੰ ਐਂ ਕਰ ਸੂਹ ਖਾ ਫਿਰ ਡੰਗਰਾਂ ਨੂੰ ਦਿੰਦੀ ਬਹਿ ਤਾਂ ਹਾਂ ਤੈਨੂੰ ਹੋ ਗਈ ਮੈਨੂੰ ਵੀ ਹੋ ਜਾਂਦੀ ਆ ਬਹਿ ਨੀ ਕਹਿੰਦੇ ਹੈ ਵੈਸੇ ਬਹੁਤ ਵਧੀਆ ਇਲਾਜ ਆ ਵੀ ਮੈਂ ਸੁਣਿਆ ਚੀਜ਼ ਇਹ ਨਿੰਮੇ ਇਹ ਹਾਂ ਕਹਿੰਦੇ ਸੂਹ ਖਾਣੇ ਕਰਕੇ ਨਾ ਵੀ ਹਟ ਜਾਂਦੀ ਹੈ ਚੀਜ਼ ਕੋਈ ਵੀ ਆ ਵੀ ਤਕਰੀਬਨ ਜੇ ਆਪਾਂ ਕੁਝ ਚੀਜ਼ ਵਿੱਚ ਰਲਾ ਕੇ ਨਾ ਵੀ ਸੂਹ ਦਾ ਵੀ ਇੱਕ ਤਾਂ ਚਮਚਾ ਬੰਦਾ ਖਾ ਲਵੇ ਉਹਦੇ ਨਾਲ ਬਹੁਤ ਫਰਕ ਪੈਂਦਾ ਗੈਸ ਨਹੀਂ ਬਣਦੀ ਇੱਕ ਤਾਂ ਹਾਂ ਢਿੱਡ 'ਚ ਕਹਿੰਦੇ ਗੈਸ ਨਹੀਂ ਬਣਦੀ ਕਹਿੰਦੇ ਜੇ ਨਹੀਂ ਮਰੋੜੇ ਆ ਲੱਗੇ ਹੋਵੇ ਨਾ ਬਾਈ ਕਹਿੰਦੇ ਮਰੋੜੇ ਮਰੋੜੇ ਵਾਲਿਆਂ ਨੂੰ ਕਹਿੰਦੇ ਸੂਹ ਦੇ ਦੇਵੇ ਨਹੀਂ ਮਖੌਲੀ ਕਰਨੀ ਮਖੌਲੀ ਕਰਨੀ ਹਸਣੇ ਵਾਲੀ ਗੱਲ ਨੀ ਹਾਂ ਹੁਣ ਦੱਸ ਇੱਕ ਬੰਦੇ ਨੇ ਨਾ ਕਹਿੰਦਾ ਬਾਈ ਮਰੋੜੇ ਲੱਗੇ ਤੇ ਕਹਿੰਦਾ ਮੈਂ ਸੂਹ ਖਾ ਲਈ ਕਹਿੰਦਾ ਮੇਰੇ ਮਰੋੜੇ ਹਟ ਗਏ ਅੱਛਾ ਲਓ ਬਾਈ ਕਹਿੰਦੇ ਜਾਂ ਡੰਗਰ ਦੇ ਹਟ ਜਾਂਦੇ ਆ ਲੋਕ ਤੇ ਬੰਦੇ ਦੇ ਕਾਹਤੇ ਨਹੀਂ ਹਟੂਗੇ ਲਓ ਜੀ ਅੱਜ ਦੇ ਨਵਾਂ ਡਾਕਟਰ ਨਹੀਂ ਡਾਕਟਰ ਡਾਕਟਰ ਨਿੰਮਾ ਸਿੰਘ 364 ਚਲਤਰਾਂ ਵਾਲੇ ਅੱਜ ਕੱਲ ਨਵੇਂ ਮਾਰਕੀਟ ਚ ਆ ਚੁੱਕੇ ਨੇ ਮੈਂ ਤਾਂ ਬਾਈ ਸੁਣੇ ਆ ਕਹਿੰਦਾ ਬਾਈ ਸੂਹ ਖਾਦੀ ਮੈਂ ਵੀ ਕਹਿੰਦਾ ਮੇਰੇ ਵੀ ਹਟ ਗਏ ਕਹਿੰਦਾ ਜਦ ਇੱਡੇ ਬੜੇ ਮਹਿਸ ਦੇ ਹਟ ਜਾਂਦੇ ਆ ਐਡਾ ਬਹੁ ਆ ਡੰਗਰ ਨਿੰਮੇ ਚੀਜ਼ਾਂ ਤਾਂ ਹੁਣ ਬਹੁਤ ਆ ਜਾਂਦੀਆਂ ਆਪਾਂ ਜਦ ਤੱਕ ਆਪਾਂ ਕੋਈ ਐਕਸਪੈਰੀਮੈਂਟ ਨਹੀਂ ਨਾ ਕਰਦੇ ਹੈਗੇ ਜਦ ਤੱਕ ਚੀਜ਼ ਦਾ ਪਤਾ ਨਹੀਂ ਲੱਗਦਾ ਹੈਗਾ ਕਈ ਬੰਦੇ ਕਹਿੰਦੇ ਵੀ ਅਚਾਰ ਖਾਣਾ ਚਾਹੀਦਾ ਅਚਾਰ ਦੇਖੋ ਵੀ ਅਚਾਰ 'ਚ ਦੇਖੋ ਅਚਾਰ ਖਰਾਬ ਨਹੀਂ ਹੁੰਦਾ ਹੈਗਾ ਉਹ ਖਾਣ ਨਾਲ ਕਹਿੰਦੇ ਬੰਦਾ ਵੀ ਨਹੀਂ ਖਰਾਬ ਹੁੰਦਾ ਹੈਗਾ ਸਮਝ ਗਏ ਨਾ ਮੈਨੂੰ ਬੰਦੇ ਨੇ ਗੱਲ ਸਮਝਾਈ ਕਰਦਾ ਨਾ ਉਹ ਹਾਂ ਕਹਿੰਦੇ ਦੇਖੋ ਅਚਾਰ ਕਿੰਨਾ ਟਾਈਮ ਕੱਢ ਦਿੰਦਾ ਵੀ 3-4 ਮਹੀਨੇ ਖਰਾਬ ਨਹੀਂ ਹੁੰਦਾ ਹੈਗਾ ਤਾਂ ਬੰਦਾ ਵੀ ਨਹੀਂ ਖਰਾਬ ਹੁੰਦਾ ਅਚਾਰ ਸਬਜ਼ੀ ਰੋਟੀ ਦੇ ਨਾਲ ਖਾਣਾ ਜ਼ਰੂਰੀ ਹੈ ਵੀ ਥੋੜ੍ਹਾ ਬਹੁਤਾ ਲੈ ਲਿਆ ਕਰੋ ਉਹ ਖੱਟਾਪਨ ਹੁੰਦਾ ਵਿੱਚ ਛੇਤੀ ਚੀਜ਼ ਪਚ ਜਾਂਦੀ ਸਰੀਰ ਦੇ ਅੰਦਰ ਉਹੀ ਚੱਕਰ ਆ ਨਾਲੇ ਵੀ ਨੂਣ ਮਿਰਚ ਜਿਹੜਾ ਨੂਣ ਘੱਟ ਹੁੰਦਾ ਨਾ
ਉਹ ਪੂਰਾ ਕਰ ਦਿੰਦਾ ਸਬਜ਼ੀ ਚ। ਅੱਛਾ ਹਾਂ, ਉਹਦੇ ਨਾਲ ਲਾ ਲਾ। ਮੈਂ ਤਾਂ ਭਾਈ ਹਰੇਕ ਵਾਰੀ ਚਾਰ ਨਾਲ ਰੋਟੀ ਖਾਂਦਾ ਵਿੱਚ, ਅਚਾਰ ਲਾਈਦਾ ਸਬਜ਼ੀ ਨਾਲ। ਚਾਰ ਰੋਟੀਆਂ ਖਾਂਦਾ? ਚਾਰ ਅਚਾਰ ਅਚਾਰ ਖਾਂਦਾ। ਮੈਂ ਕਿਹਾ ਚਾਰ ਰੋਟੀਆਂ ਖਾਂਦਾ ਕਿਤੇ। ਦੋ ਮਤ ਵਾਲੇ ਵੜਦੇ ਆ ਜਿੱਦਾਂ, ਦੋ ਮਤ ਵਾਲੇ, ਦੋ ਮਤ ਵਾਲੇ ਬਣਦੇ ਆ। ਹਾਂ, ਇੱਕ ਚਾਰ, ਇੱਕ ਰੋਟੀ ਚਾਰ ਕਹਿ ਦਿੰਦੇ ਆ, ਜਾਂ ਚਾਰ ਲਾ ਲਾ ਚਾਰ ਨਾਲ ਖਾ ਲਈ ਰੋਟੀ। ਚੰਨਵੇਂ ਫਿਰ ਤੂੰ ਗੜੇ ਲਾ ਲਾ ਜਿਹੜੇ ਬਾਕੀ ਵੀ ਰਹਿ ਗਏ, ਤੇ ਮਟੋਲਾ ਟੋਲਾ ਫਿਰ ਤੇ ਫਿਰ ਹੋ ਵੇਲਾ ਪੀ ਗੱਡੀ ਆਪਣੀ ਆਪਣੀ ਐਲ ਪੀ ਗੱਡੀ ਆ। ਜਾਂ ਤੈਨੂੰ ਹੁਣ ਰੇੜਾ ਲਿਖ ਦੇ ਦੇਣਾ ਆਪਾਂ ਨੇ ਨਾ। ਰੇੜਾ ਤਾਂ ਹੈਗਾ ਏ? ਹਾਂ ਨਹੀਂ, ਬੱਚਾ ਨਹੀਂ ਹੈਗਾ। ਰੇੜਾ ਹੈਗਾ? ਬੱਚਾ ਨਹੀਂ ਹੈਗਾ। ਬੱਚਾ ਤੂੰ ਹੈ? ਮੈਂ ਹੈਗਾ ਏ। ਹਾਂ ਚੱਲ ਫਿਰ, ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਕਿਸੀ ਅਗਲੀ ਵੀਡੀਓ ਦੇ ਵਿੱਚ।